ਕੀ ਲੱਗਦਾ ਤੁਹਾਨੂੰ ਰੰਗਮੰਚ ਨਾਟਕ ਥੀਏਟਰ ਜਿਹੜਾ ਸੀਗਾ ਉਹ ਕਦੇ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਤੁਹਾਡੀ ਹੁੰਦੀ ਹੈ ਗੁਰਸ਼ਰਨ ਭਾਜੀ ਨਾਲ ਤੇ ਵਿਹੜਿਆਂ ਦਾ ਪਿੰਡਾਂ ਦਾ ਸੱਥਾਂ ਦਾ ਹਨਾ ਨਾਟਕ ਸੀ ਜਿੱਥੇ ਮਤਲਬ ਭੀੜ ਇਕੱਠੀ ਕਰਨ ਦਾ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਸੀ ਲੇਕਿਨ ਹੁਣ ਤੇ ਮਤਲਬ ਭੀੜ ਨਾ ਹੋਣਾ ਜਿਹੜਾ ਹੈ ਸਮਾਜ ਦਾ ਇੱਕ ਨਿਯਮ ਬਣਨ ਵਾਲਾ ਹੈ ਬਣ ਚੁੱਕਾ ਹੈ ਮੇਰੇ ਖਿਆਲ 'ਚ ਅਗਲੇ ਕੁਝ ਸਮੇਂ ਲਈ ਕੁਝ ਸਾਲਾਂ ਲਈ ਸ਼ਾਇਦ ਤੇ ਉਸ ਦੌਰ 'ਚ ਜਿਹੜੀ ਨਾਟਕ ਦੀ ਜਿਹੜੀ ਦਰਸ਼ਕ ਦੀਰਘਾ ਜਿਹਨੂੰ ਮੈਂ ਕਹਾਂ ਹਨਾ ਪਹਿਲਾਂ ਦੇ ਆਪਣੇ ਓਪਨ ਏਅਰ ਥੀਏਟਰ ਇਸ ਪੱਧਰ ਤੇ ਚੱਲਦੇ ਸੀ ਕਿ ਅਸੀਂ ਉਮੀਦ ਕਰਦੇ ਸੀ ਕਿ ਕਦੇ ਉਹ ਭਰਨਗੇ ਤੇ ਸ਼ਾਇਦ ਤੁਹਾਡੇ ਬਹੁਤ ਸਾਰੇ ਨਾਟਕਾਂ 'ਚ ਉਹ ਭਰਦੇ ਵੀ ਰਹੇ ਨੇ ਤੇ ਪਰ ਹੁਣ ਉਹ ਇੱਕ ਨਾਟਕਕਾਰ ਕੀ ਉਹ ਸੁਪਨਾ ਵੇਖ ਸਕੇਗਾ ਦੁਬਾਰਾ ਵੀ ਜਿਹੜਾ ਸਾਹਮਣੇ ਸੱਚਮੁੱਚ ਭੀੜ ਹੋਵੇ ਉਸ ਤਰ੍ਹਾਂ ਜਿਸ ਤਰ੍ਹਾਂ ਦੀ ਅਸੀਂ ਸੋਚਦੇ ਹਾਂ ਨਾਟਕ ਦੇਖਣ ਵਾਲੀ ਦੇਖੋ ਸੁਪਨਾ ਤੇ ਜਗਦੀਪ ਨਹੀਂ ਕਦੇ ਮਰ ਸਕਦਾ, ਪਰ ਹਾਲਾਤ ਜੋ ਨੇ ਹਕੀਕਤ ਜੋ ਇਸ ਵੇਲੇ ਆ ਉਹ ਹੈ ਕਿ ਇੱਕ ਤਰ੍ਹਾਂ ਨਾਲ ਸਾਡੇ ਵਾਸਤੇ ਨਾ ਬੜੀ ਡਰਾਉਣੀ ਜਿਹੀ ਹਕੀਕਤ ਬਣੀ ਹੋਈ ਹੈ ਰੰਗਕਰਮੀਆਂ ਵਾਸਤੇ ਖਾਸ ਤੌਰ ਤੇ, ਔਰ ਉਹਦੇ ਨਾ ਹਕੀਕਤ ਡਰਾਉਣ ਵਾਲੇ ਪਹਿਲੂ ਇੱਕ ਨਹੀਂ ਇੱਕ ਤੋਂ ਵੀ ਜ਼ਿਆਦਾ ਨੇ। ਇੱਕ ਤੇ ਵੱਡੀ ਗੱਲ ਇਹ ਹੈ ਕਿ ਭੀੜ ਦਾ ਇਕੱਠੇ ਹੋਣਾ, ਦਰਸ਼ਕਾਂ ਦਾ ਵੱਡੀ ਗਿਣਤੀ ਵਿੱਚ ਇਕੱਠੇ ਹੋਣਾ ਕੋਈ ਨੇੜੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਸੰਭਾਵਨਾ ਲੱਗਦੀ ਨਹੀਂ ਸਾਨੂੰ, ਕਿਉਂਕਿ ਲੋਕੀ ਇਸ ਵਾਇਰਸ ਤੋਂ ਡਰੇ ਹੋਏ ਨੇ ਔਰ ਲੋਕਾਂ ਨੂੰ ਇਹ ਵੀ ਪਤਾ ਕਿ ਇੱਕੋ ਇੱਕ ਇਲਾਜ ਇਹੀ ਹੈਗਾ ਸਾਡੇ ਕੋਲ ਕਿ ਅਸੀਂ ਇੱਕ ਦੂਸਰੇ ਦੇ ਨੇੜੇ ਨਾ ਆਈਏ, ਬਹੁਤਾ ਦੂਰ ਰਹੀਏ, ਕਿ ਹੋਰ ਤਾਂ ਇਲਾਜ ਇੱਥੇ ਹੈ ਹੀ ਨਹੀਂ, ਹਾਲੇ ਤਾਂ ਦਵਾਈ ਨਹੀਂ ਹੈ ਜਾਂ ਕੁਛ ਵੀ ਹੈ। ਕਾਫੀ ਸਮਾਂ ਇਹਨੂੰ ਲੱਗੇਗਾ, ਜਦੋਂ ਤੱਕ ਵਾਇਰਸ ਦਾ ਇਲਾਜ ਨਹੀਂ ਹੋ ਜਾਂਦਾ, ਜਦੋਂ ਤੱਕ ਲੋਕੀ ਸਾਰੇ ਸਿਹਤਮੰਦ ਨਹੀਂ ਹੋ ਜਾਂਦੇ, ਪਹਿਲੀ ਤਾਂ ਉਹ ਕਲਾਸ ਆਏਗੀ, ਲੇਕਿਨ ਉਸ ਤੋਂ ਬਾਅਦ ਵੀ ਕਾਫੀ ਦੇਰ ਹੋਰ ਲੱਗੇਗੀ, ਘੱਟੋ ਘੱਟ 6-7 ਮਹੀਨੇ ਉਸ ਤੋਂ ਬਾਅਦ ਵੀ ਲੱਗਣਗੇ ਲੋਕਾਂ ਨੂੰ ਹੌਲੀ ਹੌਲੀ ਸਹਿਜੇ ਸਹਿਜੇ ਆਪਣੀ ਪੁਰਾਣੀ ਹਾਲਤ ਵਿੱਚ ਆਉਣ ਦੇ ਵਿੱਚ। ਤੇ ਕਿੰਨੇ ਲੋਕੀ ਇਕੱਠੇ ਹੋਣਗੇ, ਜੇ ਇਕੱਠੇ ਹੋਣਗੇ ਤਾਂ ਉਹਦੇ ਕੀ ਟਰਮਸ ਐਂਡ ਕੰਡੀਸ਼ਨਸ ਕੋਈ ਨਵੀਆਂ ਹੋ ਜਾਣਗੀਆਂ, ਜੇ ਕੋਈ ਹਾਲ ਦੇ ਵਿੱਚ 1,000 ਸੀਟ ਹੈ ਤਾਂ 1,000 ਬੰਦਾ ਨਹੀਂ ਬੈਠੇਗਾ ਉੱਥੇ, 500 ਹੀ ਬੈਠੇਗਾ ਜਾਂ 300 ਹੀ ਬੈਠੇਗਾ, 1-2 ਸੀਟਾਂ ਵਿਕਲੀਆਂ ਛੱਡਣੀਆਂ ਪੈਣਗੀਆਂ, ਕੁਝ ਇਸ ਤਰ੍ਹਾਂ ਦੇ ਹਾਲਾਤ ਬਣਨਗੇ। ਜਾਂ ਪਿੰਡਾਂ ਦੇ ਵਿੱਚ ਜਿਹੜੇ ਇਕੱਠ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਦੇ ਸਾਹਮਣੇ ਨਾਟਕ ਕਰਦੇ ਆਏ ਹਾਂ ਅਸੀਂ, ਉਹ ਇਕੱਠ ਜਿਹੜੇ ਹੈਗੇ ਨੇ ਉਸ ਡਰ ਸਹਿਮ ਦੇ ਵਿੱਚੋਂ ਕਿਵੇਂ ਨਿਕਲ ਕੇ ਆਉਣਗੇ, ਪਹਿਲਾ ਸਵਾਲ ਤੇ ਵੱਡਾ ਇਹ ਹੈਗਾ। ਦੂਜਾ ਇਹ ਸਵਾਲ ਹੈ ਕਿ ਇਸ ਵਾਇਰਸ ਕਾਰਨ ਇਕੋਨਮੀ ਤਹਿਸ ਨਹਿਸ ਹੋ ਗਈ ਹੈ, ਹਾਲੇ ਹੋਰ ਹੋਣੀ ਹੈ, ਨੁਕਸਾਨ ਤਾਂ ਹਰ ਇੱਕ ਨੂੰ ਹੋਣਾ ਲੇਕਿਨ ਗਰੀਬ ਬੰਦੇ ਨੂੰ ਸਭ ਤੋਂ ਜ਼ਿਆਦਾ ਹੋਣਾ ਤੇ ਰੰਗ ਕਰਮੀਆਂ ਨੂੰ ਵੀ ਉਸ ਤਰ੍ਹਾਂ ਹੋਣਾ, ਕਿਉਂਕਿ ਰੰਗਮੰਚ ਦੀ ਜਿਹੜੀ ਆਰਥਿਕਤਾ ਹੈ ਵੱਡੀ ਬਹੁਤੀ ਸਟਰੋਂਗ ਨਹੀਂ ਹੈ, ਰੰਗਮੰਚ ਵੀ ਜਿਹੜਾ ਹੈਗਾ ਨਾ ਉਹ ਵੀ ਇਸ ਤਰ੍ਹਾਂ ਇੱਧਰੋਂ ਉੱਧਰੋਂ ਕਿੱਲੇ ਵਸੀਲੇ ਜੁਟਾ ਕੇ ਹੁੰਦਾ, ਕੁਛ ਲੋਕਾਂ ਕੋਲੋਂ ਮਦਦ ਮਿਲ ਗਈ, ਕਿਤੇ ਕੋਈ ਸਰਕਾਰ ਵੱਲੋਂ ਸਪੋਂਸਰਸ਼ਿਪ ਮਿਲ ਗਈ ਤਾਂ ਮਿਲ ਗਈ, ਨਹੀਂ ਤਾਂ ਨਹੀਂ। ਸੋ ਆਰਥਿਕਤਾ ਨੇ ਵੀ ਕਿਤੇ ਨਾ ਕਿਤੇ ਪ੍ਰੋਬਲਮ ਦੇ ਵਿੱਚ ਆਉਣਾ ਹੈ, ਫਿਲਮਾਂ ਦੀ ਸ਼ੂਟਿੰਗ ਨਹੀਂ ਤੁਸੀਂ ਕਰ ਸਕਦੇ, ਉੱਧਰ ਪਾਸੋਂ ਵੀ ਤੁਹਾਨੂੰ ਕਮਾਈ ਨਹੀਂ ਹੋਣੀ। ਸੋ ਕਿਤੇ ਨਾ ਕਿਤੇ ਅਸੀਂ ਮੈਨੂੰ ਇਹ ਲੱਗਦਾ ਕਿ ਇੱਕ ਵੱਡੀ ਸਮੱਸਿਆ ਸਾਡਾ ਇੰਤਜ਼ਾਰ ਕਰ ਰਹੀ ਹੈ ਰੰਗਕਰਮੀਆਂ ਦਾ, ਤੇ ਇੱਕ ਤਾਂ ਰੰਗਕਰਮੀ ਦੀ ਆਰਥਿਕਤਾ ਟੁੱਟਣੀ, ਦੂਜਾ ਦਰਸ਼ਕ ਦੇ ਨਾਲ ਉਹਦਾ ਨਾਤਾ ਕਿੰਨੀ ਦੇਰ ਟੁੱਟਿਆ ਰਹਿਣਾ, ਜਿਹੜੇ ਕਿ ਦਰਸ਼ਕ ਜਿਹੜਾ ਉਹਦੇ ਲਈ ਬਹੁਤ ਇੱਕ ਆਕਸੀਜਨ ਹੈ, ਦਰਸ਼ਕ ਤੋਂ ਬਿਨਾਂ ਉਹ ਕਿੰਨੀ ਕੁ ਦੇਰ ਜੀ ਸਕੇਗਾ। ਫਿਰ ਸਭ ਕੁਛ ਦੇ ਵਿੱਚ ਇੱਕ ਉਪਰਾਮਤਾ ਇੱਕ ਉਦਾਸੀਨਤਾ ਵੀ ਪੈਦਾ ਹੋ ਸਕਦੀ ਹੈ, ਜਿਹੜੀ ਕਿ ਹੁਣ ਹੋ ਵੀ ਰਹੀ ਹੈ ਬਹੁਤੇ ਰੰਗਕਰਮੀਆਂ ਦੇ ਅੰਦਰ, ਕਿ ਕਿੰਨੀ ਕੁ ਦੇਰ ਰੰਗਕਰਮੀ ਏਦਾਂ ਬੰਨ ਕੇ ਬੈਠਾ ਰਹੇਗਾ ਤੇ ਕਲਾ ਤੋਂ ਬਿਨਾਂ ਕਿੱਦਾਂ ਬਚ ਸਕੇਗਾ। ਇਹ ਸਾਰੀਆਂ ਚੁਣੌਤੀਆਂ ਨੇ ਇਸ ਵੇਲੇ, ਲੇਕਿਨ ਇਹਨਾਂ ਚੁਣੌਤੀਆਂ ਨਾਲ ਅਸੀਂ ਨਜਿੱਠੇ ਤੋਂ ਹੀ ਪਾਵਾਂਗੇ ਜਦੋਂ ਹਕੀਕੀ ਹਾਲਾਤ ਸਾਡੇ ਸਾਹਮਣੇ ਆ ਜਾਣਗੇ, ਜਦੋਂ ਸੱਚਮੁੱਚ ਪਬਲਿਕ ਖੁੱਲ ਜਾਏਗੀ ਤੇ ਬਾਕੀ ਦੇ ਸਾਰੇ ਕੰਮ ਸ਼ੁਰੂ ਹੋ ਜਾਣਗੇ। ਕਿਉਂਕਿ ਦੇਖੋ ਇਸ ਅਸਲੀਅਤ ਨੂੰ ਮੈਂ ਸਵੀਕਾਰ ਕਰਦਾ ਕਿ ਜਿੰਨੇ ਵੀ ਕੰਮ ਨੇ ਨਾ ਦੁਨੀਆਂ ਦੇ ਉਹ ਸਾਰੇ ਸ਼ੁਰੂ ਹੋਣ ਤੋਂ ਬਾਅਦ ਸਾਡੇ ਕੰਮ ਨੇ ਸ਼ੁਰੂ ਹੋਣਾ, ਕਿਉਂਕਿ ਅਸੀਂ 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 ਸਮਾਜ ਦੀ ਕੋਈ ਬਹੁਤ ਵੱਡੀ ਲੋੜ ਨਹੀਂ ਹੈ, ਅਸੀਂ ਅਸੀਂ ਇੱਕ ਤਰ੍ਹਾਂ ਨਾਲ ਆਖਰੀ ਲੋੜ ਹੈ, ਤੇ ਚਲੋ ਆਏ ਆ ਨਾਟਕ ਕਰਨ ਤੋਂ ਦੇਖ ਲੈਂਦੇ ਹਾਂ, ਆ ਗਏ ਪਿੰਡ ਚ ਆ ਹੀ ਰਹੇ ਆ, ਸੱਦ ਲਿਆ ਕਾਮਰੇਡਾਂ ਨੇ ਜਾਂ ਕਿਸੇ ਹੋਰ ਸੰਸਥਾ ਨੇ ਸੱਦ ਲਿਆ, ਚਲੋ ਵੀ ਚਲੋ ਚਲੋ ਹੈ ਨਾ ਨਾਟਕ ਵੀ ਦੇਖਿਆ ਨੇ ਜਾਂ ਤੁਸੀਂ ਚੱਲਦੇ ਆ, ਜਾਂ ਸ਼ਹਿਰਾਂ ਦੇ ਵਿੱਚ ਵੀ ਚਲੋ ਨਾਟਕ ਹੋ ਰਿਹਾ ਫ੍ਰੀ ਦੇ ਵਿੱਚ ਨਾਟਕ ਸ਼ਾਮ ਨੂੰ ਚਲੋ 2 ਘੰਟੇ ਸਪੈਂਡ ਕਰ ਲੈਂਦੇ ਹਾਂ, ਏਦਾਂ ਨੀ ਹੈਗਾ ਕੋਈ ਬਹੁਤ ਵੱਡਾ ਵੀ ਲੋਕੀ ਹਾਹਾਕਾਰ ਮਚਾ ਦੇਣ ਕਿ ਨਾਟਕ ਕਿਉਂ ਨੀ ਹੋ ਰਹੇ, ਨਾਟਕ ਕਿੱਥੇ ਚਲੇ ਗਏ ਯਾਰ, ਨਾਟਕ ਹੁੰਦੇ ਹੁੰਦੇ ਸੀ, ਏਦਾਂ ਦੀ ਕੋਈ ਹਾਹਾਕਾਰ ਨਹੀਂ ਹੈ ਨਾ, ਅਸੀਂ ਉਸ ਤਰ੍ਹਾਂ ਦੇ ਸਮਾਜਿਕ ਢਾਂਚੇ ਵਿੱਚ ਨਹੀਂ ਹੈ ਕਰ ਰਹੇ ਹੈਗੇ। ਲੇਕਿਨ ਇੱਕ ਗੱਲ ਦੀ ਬੜੀ ਤਸੱਲੀ ਹੈ, ਇਹ ਗੱਲ ਆਪਾਂ ਪਹਿਲਾਂ ਸ਼ੁਰੂ ਚ ਵੀ ਥੋੜੀ ਜਿਹੀ ਕੀਤੀ ਸੀ, ਮੈਂ ਇਹਨੂੰ ਇਹ ਕਹਿਣ ਦੇ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੈ ਕਹਿਣ ਦਾ ਮਤਲਬ, ਕਿ ਜਦੋਂ ਇਹ ਸਾਰੇ ਹਾਲਾਤ ਸ਼ੁਰੂ ਹੋਏ ਤੇ ਚੰਡੀਗੜ੍ਹ ਦੇ ਵਿੱਚ ਮੋਹਾਲੀ ਪੰਚਕੂਲਾ ਸਾਈ ਸਿਟੀ ਦੇ ਕੁਛ ਆਰਟਿਸਟਾਂ ਦੇ ਹਾਲਾਤ ਨਾ ਬਹੁਤ ਖਰਾਬ ਸੀਗੇ, ਮਤਲਬ ਜਿਵੇਂ ਹੁੰਦਾ ਕਿ ਰੋਟੀ ਪਾਣੀ ਦੇ ਵੀ ਲਾਲੇ ਸੀਗੇ ਉਹਨਾਂ ਦੇ, ਉਹਨਾਂ ਨੇ ਇੱਕ ਦੂਸਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ,
ਮੈਂ ਉਹਨੂੰ ਕਿਹਾ ਵੀ ਠੀਕ ਹੈ ਅਸੀਂ ਇੱਕ ਦੂਸਰੇ ਦੀ ਮਦਦ ਇੱਕ ਹੱਦ ਤੱਕ ਹੀ ਕਰ ਸਕਦੇ ਹੁੰਦੇ ਹਾਂ, ਲੇਕਿਨ ਥੋੜੇ ਸਮੇਂ ਲਈ ਕਰ ਸਕਦੇ ਹੁੰਦੇ ਹਾਂ, ਤੇ ਸਾਨੂੰ ਸਰਕਾਰ ਕੋਲ ਘੱਟੋ ਘੱਟ ਸਵਾਲ ਉਠਾਉਣਾ ਚਾਹੀਦਾ ਕਿ ਜੇ ਬਾਕੀ ਸਾਰਿਆਂ ਲਈ ਕਿਤੇ ਕੰਪਨਸੇਸ਼ਨ ਆ ਰਹੀ ਹੈ ਤੇ ਸਰਕਾਰ ਨੂੰ ਰੰਗਕਰਮੀਆਂ ਨੂੰ ਵੀ ਘੱਟੋ ਘੱਟ ਮਦਦ ਕਰਨੀ ਚਾਹੀਦੀ ਹੈ, ਕੋਈ ਰਿਲੀਫ ਫੰਡ ਰੰਗਕਰਮੀਆਂ ਲਈ ਵੀ ਆਉਣਾ ਚਾਹੀਦਾ ਕਿ ਜਿਹੜੇ ਆਰਟਿਸਟਾਂ ਨੂੰ ਲੋੜ ਹੈ, ਭਾਵੇਂ ਉਹ ਥੀਏਟਰ ਦੇ ਹੋਣ, ਭਾਵੇਂ ਉਹ ਡਾਂਸ ਨਾਲ ਸੰਬੰਧਿਤ ਹੋਣ, ਰਿਤ ਨਾਲ, ਤੇ ਭਾਵੇਂ ਉਹ ਮਿਊਜ਼ਿਕ ਨਾਲ ਸੰਬੰਧਿਤ ਹੋਣ, ਗਾਇਕੀ ਨਾਲ ਸੰਬੰਧਿਤ ਹੋਣ, ਜਿਹਨਾਂ ਨੂੰ ਲੋੜ ਹੈ ਜਿਹੜੇ ਲੋਕ ਕਲਾਕਾਰ ਨੇ, ਸਰਕਾਰਾਂ ਕੋਲ ਅਪਰੋਚ ਕੀਤਾ ਪਰ ਸਰਕਾਰ ਦਾ ਰਵੱਈਆ ਬਹੁਤ ਹੀ ਮਤਲਬ ਕਿ ਨੈਗੇਟਿਵ ਤਾਂ ਨਹੀਂ ਮੈਂ ਕਹਿ ਸਕਦਾ, ਉਹਨਾਂ ਨੇ ਨੋ ਨਹੀਂ ਕੀਤੀ ਲੇਕਿਨ ਉਹਨਾਂ ਨੇ ਯੈਸ ਵੀ ਨਹੀਂ ਕੀਤੀ ਜਦੋਂ ਉਹਨਾਂ ਦਾ ਅਪਰੋਚ ਹੋਇਆ, ਉਹਨਾਂ ਨੇ ਏਦਾਂ ਲਾਰੇ ਲੱਪੇ ਚਲਾਏ ਦੇਖਦੇ ਹਾਂ ਇਹੋ ਜਿਹੀ ਕੋਈ ਸਕੀਮ ਨਹੀਂ ਹੈ ਜਾਂ ਕੀ ਕਰ ਸਕਦੇ ਹਾਂ, ਉਹ ਸੰਘਰਸ਼ ਹਾਲੇ ਵੀ ਜਾਰੀ ਹੈ ਕਿਉਂਕਿ ਅਸੀਂ ਹੱਕ ਸਮਝਣੇ ਕਿ ਘੱਟੋ ਘੱਟ ਸਰਕਾਰ ਜਿਹੜੀ ਲੋਕਾਂ ਤੋਂ ਟੈਕਸ ਲਾ ਲਾ ਕੇ ਜਿਹੜਾ ਸਰਕਾਰ ਕੋਲ ਫੰਡ ਹੁੰਦਾ ਹੈ ਉਸ ਫੰਡ ਉੱਤੇ ਸਾਰਿਆਂ ਦਾ ਹੱਕ ਹੁੰਦਾ ਤੇ ਰੰਗਕਰਮੀ ਦਾ ਵੀ ਕਿਤੇ ਨਾ ਕਿਤੇ ਹੱਕ ਹੈਗਾ ਉਹਦੇ ਤੇ, ਪਰ ਇਸ ਸਭ ਦੇ ਪੈਰਲਲ ਜੋ ਬਹੁਤ ਤਸੱਲੀ ਵਾਲੀ ਇੱਕ ਸਵਾਦਲੀ ਗੱਲ ਵਾਪਰੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੋਗਰੈਸਿਵ ਜਥੇਬੰਦੀਆਂ ਨੇ ਜਿਹੜੇ ਜ਼ਿਆਦਾ ਮਤਲਬ ਥੀਏਟਰ ਨੂੰ ਪੈਟਰਨਾਈਜ਼ ਹੋਈ ਕਰਦੀਆਂ ਜ਼ਿਆਦਾ ਰੰਗਮੰਚ ਨੂੰ, ਚਾਹੇ ਗਦਰੀ ਬਾਬਾ ਦਾ ਮੇਲਾ ਲੱਗਦਾ ਹੈ ਚਾਹੇ ਲੁਧਿਆਣੇ ਦਾ ਮੇਲਾ ਲੱਗਦਾ ਵੱਡਾ, ਉਹਨਾਂ ਦਾ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿੰਨੇ ਵੀ ਸਭ ਮਜ਼ਦੂਰ ਕਿਸਾਨ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਜਿੰਨੇ ਵੀ ਹੈਗਾ ਭਾਈਚਾਰਾ ਉਹਨਾਂ ਸਾਰਿਆਂ ਵੱਲੋਂ ਮੈਂ ਤੁਹਾਨੂੰ ਫੋਨ ਕਰ ਰਿਹਾ ਤੇ ਤੁਹਾਨੂੰ ਮੈਂ ਇਹ ਕਹਿ ਰਿਹਾ ਕਿ ਤੁਸੀਂ ਘਬਰਾਉਣਾ ਨਹੀਂ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਲੋਕਡਾਊਨ ਦੇ ਦੌਰਾਨ ਚਾਹੇ 6 ਮਹੀਨੇ ਚੱਲੇ ਸਾਲ ਚੱਲੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਜਾਂ ਕਿਸੇ ਹੋਰ ਚੀਜ਼ ਦੀ ਲੋੜ ਪਵੇ ਸਾਡੇ 'ਚ ਕਿਸੇ ਇੱਕ ਨੂੰ ਵੀ ਕਾਲ ਕਰ ਦਿਓ, ਅਸੀਂ ਤੁਹਾਡੇ ਨਾਲ ਖੜੇ ਹਾਂ। ਮੈਨੂੰ ਇਹ ਲੱਗਾ ਕਿ ਇਹ ਵੀ ਇੱਕ ਜ਼ਿੰਮੇਵਾਰੀ ਨਿਭਾਉਣ ਵਾਲੀ ਗੱਲ ਹੈ, ਇਤਿਹਾਸਿਕ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਹੈ, ਮੈਨੂੰ ਲੋੜ ਨਹੀਂ ਹੈ ਹਾਲੇ ਲੇਕਿਨ ਕਿਸੇ ਹੋਰ ਨੂੰ ਲੋੜ ਪੈ ਸਕਦੀ ਹੈ ਤਾਂ ਘੱਟੋ ਘੱਟ ਤੁਹਾਨੂੰ ਇਹ ਤਾਂ ਤਸੱਲੀ ਹੈ ਵੀ ਲੋੜ ਪਊਗੀ ਤਾਂ ਕੋਈ ਹੈ, ਲੋਕਾਂ ਲੋਕ ਹੈਗੇ ਨੇ ਨਾਲ ਖੜਨ ਵਾਲੇ, ਕਿਤੇ ਨਾ ਕਿਤੇ ਖੜਨਗੇ ਰੰਗਕਰਮੀਆਂ ਦੇ ਨਾਲ, ਇਹ ਗੱਲ ਹੈਗੀ ਹੈ। ਸੋ ਇਸ ਤਰ੍ਹਾਂ ਮੈਨੂੰ ਕਿੰਨੀਆਂ ਚੁਣੌਤੀਆਂ ਨੇ, ਮੈਂ ਹਾਲੇ ਐਗਜੈਕਟਲੀ 100% ਕੋਈ ਫਾਰਮੂਲਾ ਨਹੀਂ ਕੱਢ ਸਕਦਾ ਕਿ ਅਸੀਂ ਇਹਨਾਂ ਚੁਣੌਤੀਆਂ ਨਾਲ ਕਿਵੇਂ ਲੜਨਾ, ਲੇਕਿਨ ਆਸਵੰਦ ਜ਼ਰੂਰ ਹੈ ਕਿ ਹੋਰ ਜੋ ਮਰਜ਼ੀ ਹੋ ਜਾਵੇ ਘੱਟੋ ਘੱਟ ਲੋਕ ਸਾਡੇ ਤੋਂ ਨਾ ਸਾਡੇ ਵੱਲ ਪਿੱਠ ਨਹੀਂ ਘੁਮਾਣਗੇ। ਇਹ ਤੁਸੀਂ ਮੁਸ਼ਕਲਾਂ ਦੀ ਗੱਲ ਕੀਤੀ ਹੈ ਕਿ ਥੀਏਟਰ ਦੇ ਅੱਗੇ ਜਿਹੜਾ ਮੁਸ਼ਕਲਾਂ ਦਾ ਪਹਾੜ ਖੜਾ ਹੈ ਤੇ ਆਸ ਵੀ ਤੁਸੀਂ ਪ੍ਰਗਟਾਈ ਹੈ, ਪਰ ਵੱਡਾ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਹਰ ਖੇਤਰ ਦੇ ਵਿੱਚ ਦੇਖੋ ਅਲਟਰਨੇਟਿਵ ਲੱਭੇ ਜਾ ਰਹੇ ਆ, ਠੀਕ ਹੈ, ਵਿਦਿਆ ਦੇ ਖੇਤਰ ਦੇ ਵਿੱਚ ਵੀ ਅਲਟਰਨੇਟਿਵ ਲੱਭੇ ਗਏ ਆ ਟੈਕਨੋਲੋਜੀ ਦੇ ਸਹਾਰੇ ਨਾਲ, ਤੇ ਫਿਲਮਾਂ ਦੇ ਖੇਤਰ 'ਚ ਟੀਵੀ ਦੇ ਖੇਤਰ 'ਚ ਪਹਿਲਾਂ ਹੀ ਚੱਲ ਰਹੇ ਸੀ ਅਲਟਰਨੇਟਿਵ, ਤੇ ਹੁਣ ਉਹਨਾਂ ਨੇ ਇੱਕ ਤਰ੍ਹਾਂ ਰਫਤਾਰ ਫੜੀ ਹੈ, ਇੱਕ ਤਰ੍ਹਾਂ ਉਹ ਆਸਰਾ ਵੀ ਬਣੇ ਹੈ, ਘਰ ਬੈਠੇ ਉਪਰਾਮ ਹੋ ਰਹੇ ਲੋਕਾਂ ਨੂੰ ਥੋੜਾ ਜਿਹਾ ਐਂਟਰਟੇਨ ਕਰਨ ਦੇ ਵਿੱਚ ਮਦਦਗਾਰ ਵੀ ਸਾਬਤ ਹੋਏ ਆ, ਤੇ ਔਰ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਤਾਂ ਉਹਦੇ 'ਚ ਦੇਖੋ ਪਹਿਲਾਂ ਸਾਡੇ ਕੋਲ ਸੱਥਾਂ ਵਾਲਾ ਥੀਏਟਰ ਵੀ ਸੀ ਤੇ ਸਾਡੇ ਕੋਲ ਇੱਕ ਥੀਏਟਰ ਨਾਟਸ਼ਾਲਾ ਵਾਲਾ ਵੀ ਡਿਵੈਲਪ ਹੋਇਆ, ਤੇ ਮੇਰੇ ਖਿਆਲ 'ਚ ਉਹ ਉਹਦੇ ਲਈ ਤੇ ਹੋਰ ਸੰਭਾਵਨਾਵਾਂ ਹੁਣ ਥੋੜੀਆਂ ਜਿਹੀਆਂ ਮੁਸ਼ਕਲ ਹੋਣਗੀਆਂ ਹਜੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਪਰ ਕੀ ਕੋਈ ਤੁਹਾਨੂੰ ਤੁਸੀਂ ਬਹੁਤ ਇਨੋਵੇਟਿਵ ਵੀ ਹੋ, ਨਵੇਂ ਨਵੇਂ ਤਰੀਕੇ ਵੀ ਲੱਭਦੇ ਹੋ, ਕੋਈ ਕੋਈ ਸੋਚਿਆ ਤੁਸੀਂ ਇਹਨਾਂ ਦਿਨਾਂ 'ਚ ਜਾਂ ਤੁਹਾਨੂੰ ਲੱਗਦਾ ਕਿ ਕੋਈ ਹੋਰ ਰਸਤਾ ਲੱਭਿਆ ਜਾ ਸਕਦਾ ਹੈ, ਜਦੋਂ ਤੱਕ ਦਰਸ਼ਕਾਂ ਨਾਲ ਸਿੱਧੇ ਰਾਬਤੇ 'ਚ ਨਹੀਂ ਜਾਇਆ ਜਾ ਸਕਦਾ ਉਦੋਂ ਤੱਕ ਕੋਈ ਨਾਟਕ ਦਾ ਕੋਈ ਹੋਰ ਰਸਤਾ ਹੋ ਸਕਦਾ? ਦੇਖੋ ਨਾਟਕ ਦਾ ਨਾ ਕੁਛ ਦੋਸਤ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਅਸੀਂ ਆਨਲਾਈਨ ਥੀਏਟਰ ਕਰੀਏ, ਆਨਲਾਈਨ ਥੀਏਟਰ, ਪਰ ਮੇਰੀ ਕੋਈ ਬਹੁਤ ਜ਼ਿਆਦਾ ਸਹਿਮਤੀ ਨਹੀਂ ਹੈ ਉਹਦੇ ਨਾਲ ਆਨਲਾਈਨ ਥੀਏਟਰ ਦੇ ਨਾਲ, ਕਿਉਂਕਿ ਆਨਲਾਈਨ ਥੀਏਟਰ ਤਾਂ ਫਿਰ ਜਸਟ ਲਾਈਕ ਫਿਲਮ ਮੀਡੀਆ ਹੋ ਗਿਆ ਨਾ, ਤੇ ਅਸੀਂ ਜੋ ਵੀ ਪਰਫੋਰਮ ਕਰਾਂਗੇ ਐਕਟਰ ਜੋ ਪਰਫੋਰਮ ਕਰੇਗਾ ਉਹ ਰਿਕਾਰਡ ਹੋਏਗਾ, ਉਹ ਰਿਕਾਰਡ ਹੋਏਗਾ ਜਾਂ ਲਾਈਵ ਹੋਏਗਾ, ਜਾਏਗਾ ਤਾਂ ਫਿਰ ਆਡੀਅੰਸ ਦੇ ਫੋਨ ਦੇ ਉੱਤੇ ਜਾਏਗਾ ਨਾ ਜਾਂ ਆਡੀਅੰਸ ਦੇ ਟੀਵੀ ਦੇ ਉੱਤੇ ਜਾਏਗਾ, ਆਡੀਅੰਸ ਤਾਂ ਸਾਹਮਣੇ ਨਹੀਂ ਹੈ ਨਾ, ਸੋ ਰੰਗਮੰਚ ਦਾ ਤਾਂ ਆਡੀਅੰਸ ਦੇ ਸਾਹਮਣੇ ਨਾਲ ਇੰਟਰੈਕਸ਼ਨ ਹੁੰਦੀ ਤਾਂ ਰੰਗਮੰਚ ਬਣਦਾ ਨਾ, ਸੋ ਇਸ ਕਰਕੇ ਇਹ ਤਾਂ ਨਹੀਂ ਆਨਲਾਈਨ ਥੀਏਟਰ ਤਾਂ ਮੈਨੂੰ ਕੋਈ ਆਪਸ਼ਨ ਨਹੀਂ ਲੱਗਦੀ, ਠੀਕ ਹੈ ਵਿਹਲੇ ਤਾਂ ਮੈਨੂੰ ਟਪਾਉਣ ਲਈ ਵੀ ਲੋਕੀ ਮਾੜੇ ਮੋਟੇ ਨਾਟਕ ਦੇਖਦੇ ਰਹਿਣ, ਰਿਕਾਰਡਿੰਗ ਦੇਖਦੇ ਰਹਿਣ, ਉਹ ਠੀਕ ਹੈ, ਲੇਕਿਨ ਇਹ ਨਾ ਜਦੋਂ ਵਕਤ ਆਏਗਾ ਤੇ ਜਿਹੜੀ ਇਨੋਵੇਸ਼ਨ ਦੀ ਤੁਸੀਂ ਗੱਲ ਕੀਤੀ ਆ ਉਹ ਆਏਗੀ, ਉਹ ਜ਼ਰੂਰ ਆਏਗੀ, ਕਿਉਂਕਿ ਇਕੱਲਾ ਮਸਲਾ ਸਿਰਫ ਆਡੀਅੰਸ ਦਾ ਨਹੀਂ ਹੈ, ਮਸਲਾ ਐਕਟਰਸ ਦਾ ਵੀ ਹੈ, ਜਿਸ ਪਲੇ ਦੇ ਵਿੱਚ 10-15-20 ਐਕਟਰ ਕੰਮ ਕਰ ਰਹੇ ਨੇ ਉਹਨਾਂ ਦੇ ਕੁਛ ਸੀਨਸ ਇਹੋ ਜਿਹੇ ਵੀ ਹੁੰਦੇ ਨੇ ਜਿੱਥੇ ਉਹਨਾਂ ਨੇ ਬਹੁਤ ਇੰਟੀਮੇਟ ਇੱਕ ਦੂਜੇ ਦੇ ਨੇੜੇ ਆਉਣਾ ਹੁੰਦਾ, ਇੰਟੀਮੇਟ ਸਿਰਫ ਇਹ ਨਹੀਂ ਜੋ ਕੋਈ ਮੈਨ ਵੂਮੈਨ ਹੈ ਇੰਟੀਮੇਟ, ਹਾਂ ਕਿਉਂਕਿ ਉਹ ਪੁੱਤਰ ਦੀ ਲੜਾਈ ਹੋਣੀ ਹੈ ਤੇ ਉਹ ਪੁੱਤਰ ਨੇ ਫੜਨਾ ਇੱਕ ਦੂਜੇ ਨੂੰ, ਇੱਕ ਦੂਜੇ ਦੇ ਨੇੜੇ ਵੀ ਆਉਣਾ ਫੇਸ ਟੂ ਫੇਸ ਵੀ, ਇੱਕ ਡਾਇਲੋਗ ਵੀ ਬੋਲਣਾ, ਇੱਕ ਦੂਜੇ ਨੂੰ ਟੱਚ ਵੀ ਕਰਨਾ, ਕਿਤੇ ਸਾਡੇ ਨਾਟਕਾਂ ਦੇ ਅੰਤ 'ਚ ਅਕਸਰ ਪਿਓ ਪੁੱਤ ਨੇ ਇੱਕ ਦੂਜੇ ਨੂੰ ਜਾਂ ਭਰਾ ਭਰਾ ਨੇ ਜਿਨ੍ਹਾਂ ਦੀ ਕੰਧ ਵੰਡੀ ਹੁੰਦੀ ਹੈ ਜੱਫੀ ਪਾਉਣੀ ਹੁੰਦੀ ਹੈ, ਹਾਂ ਉਹਨਾਂ ਨੇ ਜੱਫੀ ਪਾਉਣੀ ਹੁੰਦੀ ਹੈ ਜਾਂ ਫਿਰ ਉਹ ਮਤਲਬ ਕਿ ਆਪਣੇ ਪਾਲੀ ਭਾਈ ਦੇ ਨਾਟਕਾਂ ਦੇ ਵਿੱਚ ਥੱਪੜ ਮਾਰਨਾ ਹੁੰਦਾ ਕੁੜੀ ਨੇ ਬੰਦੇ ਦੇ ਜ਼ਰੂਰ, ਹਾਂ ਹੈ ਨਾ,
ਮੁਸ਼ਕਿਲ ਹੋਊਗਾ ਰਿਹਰਸਲ ਕਿਵੇਂ ਕਰਾਂਗੇ ਜੇ ਮਹੀਨਾ ਮਹੀਨਾ ਰਿਹਰਸਲ ਕਰਨੀ ਹੈ ਐਕਟਰ ਐਕਟਰ ਦੇ ਨੇੜੇ ਨੀ ਆਏਗਾ ਉਹਦੇ ਲਈ ਵੀ ਕੋਈ ਇਨੋਵੇਟਿਵ ਤਰੀਕੇ ਕੱਢਣੇ ਪੈਣਗੇ ਆਡੀਅੰਸ ਲਈ ਤਾਂ ਕੱਢਣੇ ਪੈਣੇ ਆ ਆਡੀਅੰਸ ਲਈ ਤਾਂ ਕੱਢਣੇ ਪੈਣੇ ਲੇਕਿਨ ਇਹ ਸਮਾਂ ਨਾ ਹਮੇਸ਼ਾ ਮੈਂ ਨੀ ਸਮਝਦਾ ਵੀ ਇਹ ਕੋਈ ਪਹਿਲੀ ਵਾਰੀ ਤਾਂ ਵਾਇਰਸ ਆਇਆ ਨੀ ਵਾਇਰਸ ਪਹਿਲਾਂ ਵੀ ਆਏ ਪਹਿਲਾਂ ਵੀ ਫਲੂ ਦੇ ਵਾਇਰਸ ਬਥੇਰੇ ਚੱਲਦੇ ਰਹੇ ਆ ਇਸ ਵਾਇਰਸ ਨੇ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣਾ ਜਾਣਾ ਇਹਨੇ ਕਿਤੇ ਨੀ ਹੈ ਇਹਦੇ ਰਹਿਣਾ ਹੈਨਾ ਇਹਨੂੰ ਅਸੀਂ ਪਸੰਦ ਆ ਗਏ ਹਾਂ ਅਸੀਂ ਸਾਨੂੰ ਵੀ ਇਹਨੂੰ ਪਸੰਦ ਕਰਨਾ ਪੈਣਾ ਹੌਲੀ ਹੌਲੀ ਇਹਨੇ ਰਹਿਣਾ ਆ ਇਹਦੇ ਨਾਲ ਜੀਣਾ ਸਿੱਖਣਾ ਪੈਣਾ ਜੀਣਾ ਸਿੱਖਣਾ ਪੈਣਾ ਤੇ ਜਦੋਂ ਜੀਣਾ ਸਿੱਖਣਾ ਪੈਣਾ ਤੇ ਜ਼ਿੰਦਗੀ ਦੇ ਨੇੜੇ ਰੰਗਮੰਚ ਹੈ ਫਿਰ ਜੇ ਜ਼ਿੰਦਗੀ ਸਿੱਖ ਲਾਂਗੇ ਤਾਂ ਰੰਗਮੰਚ ਵੀ ਸਿੱਖ ਲਾਂਗੇ ਤੇ ਵੀ ਕਿੰਨੇ ਲੋਕਾਂ ਨੂੰ ਵਿੱਚ ਜਦੋਂ ਇਮਿਊਨਿਟੀ ਪੈਦਾ ਹੋ ਜਾਏਗੀ ਇਸ ਵਾਇਰਸ ਪ੍ਰਤੀ ਤੇ ਲੋਕ ਇਕੱਠੇ ਵੀ ਹੋ ਜਾਣਗੇ ਕਿਉਂਕਿ ਇਕੱਠ ਤੋਂ ਮੈਨੂੰ ਨੀ ਲੱਗਦਾ ਕਿ ਇਕੱਠ ਤੋਂ ਆਮ ਪਬਲਿਕ ਨੂੰ ਹੁਣ ਵੀ ਤਾਂ ਰੋਕ ਨੀ ਪਾ ਰਹੇ ਨਾ ਅਸੀਂ ਇਕੱਠ ਨੂੰ ਨਹੀਂ ਪਰ ਹੁਣ ਵੀ ਹੁਣ ਜਿਹੜੇ ਬੱਸਾਂ ਟ੍ਰੇਨਾਂ ਚੜ੍ਹ ਕੇ ਜਾ ਰਹੇ ਹੋ ਉੱਥੇ ਕਿਤੇ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉੱਥੇ ਨਹੀਂ ਹੋ ਪਾ ਰਹੀ ਪੋਸੀਬਲ ਨਹੀਂ ਹੈ ਇਹ ਠੀਕ ਹੈ ਕਿ ਥੀਏਟਰ ਲਈ ਜਿਹੜੇ ਨੇ ਆਉਣਾ ਉਹ ਬਾਈ ਚੁਆਇਸ ਆਣਾ ਆਪਣੇ ਥਾਵਾਂ ਤੇ ਪਹੁੰਚ ਜਾਣਗੇ ਫਿਰ ਉਹ ਹੋ ਸਕਦਾ ਕਿ ਆਪਣੇ ਇਲਾਕਿਆਂ ਚ ਤਾਂ ਜਿਸ ਤਰ੍ਹਾਂ ਲੋਕ ਹੁਣ ਵੀ ਨਹੀਂ ਨਿਕਲਣੋਂ ਹਟ ਰਹੇ ਲੋਕਾਂ ਨੂੰ ਡੰਡੇ ਵੀ ਮਾਰ ਲਏ ਪੁਲਿਸ ਨੇ ਸਾਰਾ ਕੁਛ ਕਰਕੇ ਵੇਖ ਲਿਆ ਹੁਣ ਤੇ ਲਗਭਗ ਇਸ ਤਰ੍ਹਾਂ ਚੱਲ ਰਿਹਾ ਵੀ ਕਰ ਲਓ ਜੋ ਕਰਨਾ ਸੀ ਹੁਣ ਕੁਛ ਕਹਿਣਾ ਹੀ ਨੀ ਹੈਗਾ ਆਪੇ ਸਹੇੜ ਬਿਮਾਰੀ ਸਮਝ ਆ ਗਈ ਨਾ ਉਹਨਾਂ ਨੂੰ ਪੱਲੇ ਪੈ ਗਏ ਨੇ ਇਹ ਗੱਲ ਕਿ ਸਾਡੇ ਕੋਲ ਹੋਰ ਤਾਂ ਕੁਛ ਹੈ ਨੀ ਗਾ ਨਾ ਤਾਂ ਅਸੀਂ ਲੋਕਾਂ ਨੂੰ ਕੋਈ ਦੇ ਸਕਦੇ ਹਾਂ ਨਾ ਅਸੀਂ ਰੋਟੀ ਪਾਣੀ ਦੇ ਸਕਦੇ ਹਾਂ ਨਾ ਅਸੀਂ ਦਵਾਈਆਂ ਦੇ ਸਕਦੇ ਨਾ ਅਸੀਂ ਕਿੱਟਾਂ ਦੇ ਸਕਦੇ ਹਾਂ ਨਾ ਅਸੀਂ ਮਾਸਕ ਦੇਣ ਜੋਗੇ ਹਾਂ ਅਸੀਂ ਇਹ ਕਹਿਣ ਜੋਗੇ ਹਾਂ ਵੀ ਬਚਣ ਉਸਦੀ ਬਚ ਹੁੰਦਾ ਹੈ ਨਾ ਇੱਥੇ ਆ ਗਈ ਨਾ ਸੱਤਾ ਤਾਂ ਹੁਣ ਇੱਥੇ ਪਹੁੰਚ ਗਈ ਇਸ ਪੁਆਇੰਟ ਤੇ ਪਹੁੰਚ ਗਈ ਵੀ ਯਾਰ ਸੈਲਫ ਡਿਪੈਂਡੈਂਟ ਹੋ ਜਾਓ ਰਾਤੀ ਰਾਜੇ ਨੇ ਕਹਿ ਤਾ ਆਤਮ ਨਿਰਭਰ ਹੋ ਜਾਓ ਹੈ ਨਾ ਤੇ ਅਸੀਂ ਤਾਂ ਅੱਗੇ ਹੀ ਆਤਮ ਨਿਰਭਰ ਹੀ ਸੀ ਅੱਗੇ ਕਿਹੜੇ ਕਿਹਦੇ ਸਹਾਰੇ ਜਿਉਂਦੇ ਸੀ ਅਸੀਂ ਸੋ ਇਸ ਕਰਕੇ ਉਹ ਹਾਲਤ ਤਾਂ ਲੋਕੀ ਕੱਢ ਲੈਣਗੇ ਕਿਵੇਂ ਨਾ ਕਿਵੇਂ ਇਕੱਠੇ ਹੋਣਗੇ ਲੇਕਿਨ ਤੁਸੀਂ ਹੱਸੋਗੇ ਕਿ ਨਾ ਜਿਹੜੀ ਮਤਲਬ ਇਨੋਵੇਸ਼ਨ ਵਾਲੀ ਗੱਲ ਹੈ ਕਿ ਗੁਰਸ਼ਰਨ ਭਾਜੀ ਦਾ ਜਿਹੜਾ ਸਟਾਈਲ ਆਫ ਥੀਏਟਰ ਸੀ ਨਾ ਮੈਨੂੰ ਲੱਗਦਾ ਕਿ ਇਸ ਹਾਲਾਤ ਦੇ ਵਿੱਚ ਨਾ ਐਕਟਰਸ ਲਈ ਉਹ ਬੜਾ ਐਪਲੀਕੇਬਲ ਹੈ ਉਹ ਵਾਪਸ ਆਏਗਾ ਉਹਦੇ ਵਿੱਚ ਉਹਦੇ ਚ ਕੀ ਹੁੰਦਾ ਸੀ ਥੀਏਟਰ ਚ ਨਾਟਕ ਕਰਨ ਚਲ ਗਏ ਮਿਲੇ ਆ ਮਾਈਕ ਖੜੇ ਕਰਤੇ ਔਰ ਮਾਈਕ ਪੰਜ ਪੰਜ ਛੇ ਛੇ ਫੁੱਟ ਦੂਰ ਹੀ ਹੁੰਦੇ ਸੀ ਉਹ 6 ਫੁੱਟ ਦੀ ਡਿਸਟੈਂਸ ਹੁੰਦੀ ਸੀ ਤੇ ਸਟੇਜ 15 ਫੁੱਟ ਦੀ ਹੈਗੀ 3 ਮਾਈਕ ਅੱਗੇ ਖੜੇ ਕਰਤੇ ਹੋਏ ਆ ਪਰ ਭਾਜੀ ਦਾ ਕਲਾਕਾਰਾਂ ਨੂੰ ਹੁਕਮ ਹੁੰਦਾ ਸੀ ਆਪਣਾ ਆਪਣਾ ਮਾਈਕ ਸੰਭਾਲ ਲਓ ਉੱਥੇ ਖੜ ਕੇ ਨਾ ਡਾਇਲੋਗ ਬੋਲੋ ਬਹੁਤੀ ਐਕਟਿੰਗ ਕਰਨ ਦੀ ਲੋੜ ਨਹੀਂ ਹੈ ਇੱਧਰ ਉੱਧਰ ਨਹੀਂ ਬਹੁਤਾ ਜਾਣਾ ਤੁਹਾਡੀ ਆਵਾਜ਼ ਆਉਣੀ ਚਾਹੀਦੀ ਲੋਕਾਂ ਤੱਕ ਜਿਹੜਾ ਸਬਜੈਕਟ ਜਿਹੜਾ ਲੋਕਾਂ ਤੱਕ ਜਾਣਾ ਚਾਹੀਦਾ ਤੁਹਾਡਾ ਬਲੌਗ ਤੁਹਾਡਾ ਮਾਈਕ ਹੈ ਬਸ ਮਾਈਕ ਆ ਤੇ ਮਾਈਕ ਨੂੰ ਕਿੱਦਾਂ ਯੂਜ਼ ਕਰਨਾ ਕਦੋਂ ਮਾਈਕ ਦੇ ਮੂੰਹ ਨੇੜੇ ਲੈ ਕੇ ਜਾਣਾ ਕਦੋਂ ਮਾਈਕ ਦੇ ਪਿੱਛੇ ਲੈ ਕੇ ਜਾਣਾ ਜੇ ਤੁਸੀਂ ਵੋਇਸ ਮੋਡੂਲੇਸ਼ਨ ਕੋਈ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਅਦਰਵਾਈਜ਼ ਮੈਨੂੰ ਕੋਈ ਬਲੌਕਿੰਗ ਦੀ ਲੋੜ ਨਹੀਂ ਸੋ ਇੱਕ ਉਹ ਤਰੀਕਾ ਸ਼ਾਇਦ ਉਹ ਆ ਜਾਏ ਇਸ ਤਰ੍ਹਾਂ ਦਾ ਤਰੀਕਾ ਸ਼ਾਇਦ ਬਾਅਦ ਚ ਸੈਮੁਅਲ ਜੌਨ ਹੋਣਾ ਨੇ ਕਾਫੀ ਲੰਬੇ ਸਮੇਂ ਤੱਕ ਅਪਣਾਈ ਰੱਖਿਆ ਹਾਂ ਤੇ ਦੂਜਾ ਇੱਕ ਤਰੀਕਾ ਮੈਂ ਕਿਉਂਕਿ ਪਹਿਲਾਂ ਹੀ ਮੈਂ ਉਸ ਤਰੀਕੇ ਵੱਲ ਨੂੰ ਵੱਧ ਲਿਆ ਹੋਇਆ ਲੋਕਡਾਊਨ ਤੋਂ ਪਹਿਲਾਂ ਹੀ ਮਤਲਬ ਦੋ ਪਰਫਾਰਮੈਂਸ ਜਿਹੜੇ ਦੋਨੋਂ ਬਹੁਤ ਚਰਚਿਤ ਹੋਈਆਂ ਸੰਮਾ ਵਿਧਾਨ ਤੇ ਵਜਾਈਨਾ ਟੌਕਸ ਦੋਨੋਂ ਹੀ ਸੋਲੋ ਸੀ ਤੇ ਹਨਾ ਤੇ ਮੈਂ ਹੋਰ ਵੀ ਕਿਉਂਕਿ ਕਾਫੀ ਸਾਰੀ ਸੀਰੀਜ਼ ਸੋਲੋ ਦੀ ਲਿਖ ਰਿਹਾ ਸੋ ਬੈਸਟ ਆਪਸ਼ਨ ਹੈ ਮੈਨੂੰ ਲੱਗਦਾ ਉਹ ਤੁਸੀਂ ਇੱਕੋ ਹੀ ਕਲਾਕਾਰ ਹੈ ਸਟੇਜ ਦੇ ਉੱਤੇ ਕੋਈ ਸੋਸ਼ਲ ਡਿਸਟੈਂਸਿੰਗ ਦੀ ਲੋੜ ਨਹੀਂ ਹੈ ਕੋਈ ਪੰਗਾ ਨਹੀਂ ਕੁਛ ਨਹੀਂ ਹੈ ਨਾ ਕਿਸੇ ਨੇ ਤੁਹਾਡੇ ਨੇੜੇ ਨਹੀਂ ਆਉਣਾ ਇਕੱਲੇ ਹੀ ਆ ਤੁਸੀਂ ਘੁੰਮੀ ਜਾਓ ਜਿੱਧਰ ਨੂੰ ਘੁੰਮਣਾ ਤੁਸੀਂ ਤੇ ਉਹ ਸਟੇਜ ਮਤਲਬ ਸਟੇਜ ਨੂੰ ਤਾਂ ਅਸੀਂ ਸੰਭਾਲ ਲਾਂਗੇ ਸਟੇਜ ਲਈ ਤਾਂ ਅਸੀਂ ਇਨੋਵੇਟਿਵ ਹੋ ਜਾਵਾਂਗੇ ਆਡੀਅੰਸ ਲਈ ਕਿਵੇਂ ਇਨੋਵੇਟਿਵ ਹੋਣਾ ਇਹਦੇ ਲਈ ਸਾਨੂੰ ਸੋਚਣਾ ਪਏਗਾ ਕਿਉਂਕਿ ਆਡੀਟੋਰੀਅਮ ਜਿਹੜੇ ਬਣੇ ਹੋਏ ਨੇ ਕਲਾ ਭਵਨ ਦਾ ਆਡੀਟੋਰੀਅਮ ਹੈ ਉਹਦੇ 200 ਬੰਦਾ ਆ ਸਕਦਾ ਹੁਣ 200 ਬੰਦੇ ਜੇ ਅਸੀਂ ਸੋਸ਼ਲ ਡਿਸਟੈਂਸਿੰਗ ਕਰ ਲਵਾਂਗੇ ਤਾਂ 60-70 ਹੀ ਰਹਿ ਜਾਣਗੇ ਸਰ ਨਾ ਜੀ ਤੇ ਮੈਂ ਉਹੀ ਕਹਿ ਰਿਹਾ ਕਿਉਂਕਿ ਕਿਸੇ ਵੀ ਜਿਹੜੀ ਜੇ ਜਦੋਂ ਉਹਨੂੰ ਆਪਾਂ ਬਾਜ਼ਾਰ ਦੇ ਨਾਲ ਜਾਂ ਉਹਦੇ ਨਾਲ ਦਰਸ਼ਕ ਨੂੰ ਵੀ ਜੋੜਦੇ ਹਾਂ ਤਾਂ ਕੋਈ ਵੀ ਜਿਹੜਾ ਕਹਿ ਲਓ ਕਿ ਚੀਜ਼ ਉਦੋਂ ਤੱਕ ਹੀ ਚੱਲਦੀ ਹੈ ਨਾ ਜਦ ਤੱਕ ਉਹਦਾ ਕੰਜ਼ਿਊਮਰ ਜਾਂ ਉਹਨੂੰ ਗ੍ਰਹਿਣ ਕਰਨ ਵਾਲਾ ਕੋਈ ਹੈ ਵੱਡਾ ਮਸਲਾ ਤੇ ਹੀ ਹੈ ਨਾ ਕਿ ਅਸੀਂ ਇੱਧਰ ਕਿੰਨੀ ਵੀ ਇਨੋਵੇਸ਼ਨ ਕਰਦੇ ਰਹੀਏ ਲੇਕਿਨ ਜਦ ਤੱਕ ਉਹਨੂੰ ਗ੍ਰਹਿਣ ਕਰਨ ਵਾਲਾ ਨਹੀਂ ਹੈ ਉਹਨੂੰ ਕੋਈ ਖਰੀਦਣ ਵਾਲਾ ਜਾਂ ਉਹਨੂੰ ਕੋਈ ਮਾਨਣ ਵਾਲਾ ਨਹੀਂ ਹੈ ਤਾਂ ਫਿਰ ਤੇ ਉਹ ਇਨੋਵੇਸ਼ਨ ਕਿਸੇ ਹਨਾ ਅਰਥ ਨਹੀਂ ਲੱਗੇਗੀ ਹਾਂ ਬਿਲਕੁਲ ਬਿਲਕੁਲ ਉਹ ਮੈਂ ਪਹਿਲਾਂ ਵੀ ਉਸ ਗੱਲ ਵੱਲ ਹਿੰਟ ਕਰ ਚੁੱਕਾ ਹਾਂ ਕਿ ਬੜੀ ਬੜੀ ਅਸੀਂ ਵੈਸੇ ਹਨਾ 100 ਸਾਲ ਤੋਂ ਸਾਨੂੰ 100 ਸਾਲ ਹੀ ਹੋਇਆ ਲਗਭਗ 100 ਸਾਲ ਤੋਂ ਥੋੜੇ ਵਧੇ ਹੈ 105 ਸਾਲ ਹੋਇਆ ਪੰਜਾਬੀ ਥੀਏਟਰ ਨੂੰ ਸਟਾਰਟ ਹੋਇਆ ਅਸੀਂ ਪਿਛਲੇ ਕਾਫੀ ਸਮੇਂ ਤੋਂ ਮਿਹਨਤ ਕਰਦੇ 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 ਅਸੀਂ ਇਸ ਮੁਕਾਮ ਤੇ ਨਾ ਪਹੁੰਚ ਗਏ ਸੀ ਹੁਣ ਪੰਜਾਬੀ ਥੀਏਟਰ ਦੇ ਵਿੱਚ ਤੇ ਅਸੀਂ ਇੱਕ ਲੋਕਾਂ ਦੀ ਲੋੜ ਬਣ ਗਏ ਸੀ ਲੋਕਾਂ ਨਾਲ ਸਾਡਾ ਇੱਕ ਰਾਬਤਾ ਕਾਇਮ ਹੋ ਗਿਆ ਸੀ ਲੋਕੀ
ਭਰ ਭਰ ਕੇ ਥੀਏਟਰ ਦੇਖਣ ਆਉਂਦੇ ਸੀ, ਲੋਕੀ ਨਾਟਕਾਂ ਦੀ ਉਡੀਕ ਕਰਨ ਲੱਗ ਪਏ ਸੀ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ, ਅੰਮ੍ਰਿਤਸਰ ਵਰਗੇ ਸ਼ਹਿਰ ਵਿੱਚ, ਦੋ ਸ਼ਹਿਰਾਂ ਦੇ ਵਿੱਚ ਲਗਭਗ ਹਰ ਰੋਜ਼ ਕਿਤੇ ਨਾ ਕਿਤੇ ਕਿਸੇ ਆਡੀਟੋਰੀਅਮ 'ਚ ਨਾਟਕ ਹੋ ਰਿਹਾ ਹੁੰਦਾ ਸੀ, ਇਹਨਾਂ ਦੋ ਸ਼ਹਿਰ ਸਭ ਤੋਂ ਜ਼ਿਆਦਾ। ਤੇ ਕਿੰਨੇ ਕਿੰਨੇ ਥੀਏਟਰ ਗਰੁੱਪਸ ਨੇ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ, ਕਦੇ ਕੋਈ ਥੀਏਟਰ ਫੈਸਟੀਵਲ ਕਰ ਰਿਹਾ, ਕੋਈ 20 ਦਿਨ ਦਾ, ਕੋਈ ਮਹੀਨੇ ਦਾ, ਕੋਈ ਹਫ਼ਤੇ ਦਾ, ਕੋਈ 3 ਦਿਨ ਦਾ, ਔਰ ਆਡੀਅੰਸ ਆਉਂਦੀ ਸੀ, ਹੈਨਾ। ਇਹ ਸਾਰਾ ਕੁਝ ਹੋਇਆ ਸੀ। ਅਸੀਂ ਇੱਕ ਪੀਕ ਦੇ ਨੇੜੇ ਪਹੁੰਚੇ ਹੋਏ ਸੀ ਜਦੋਂ ਇਹ ਸੱਟ ਵੱਜੀ ਹੈ ਸਾਨੂੰ ਇੱਕਦਮ। ਮੈਂ ਤੇ ਪਰਸਨਲ ਲੈਵਲ ਤੇ ਕਹਾਂ ਤੇ ਘੱਟੋ ਘੱਟ ਮਤਲਬ 30-35 ਸ਼ੋ ਫਿਕਸ ਸੀਗੇ ਜਿਹੜੇ ਜਿਹੜੇ ਕਿ ਟੈਂਕਰ ਕਰਨਾ ਪਏ ਜਿਹੜੇ। ਠੀਕ ਉਸੇ ਤਰ੍ਹਾਂ ਮਿਨੀਮਮ ਜੀ, ਠੀਕ ਉਸੇ ਤਰ੍ਹਾਂ ਜਿਹੜਾ ਟੈਲੀਵਿਜ਼ਨ ਤੇ ਫਿਲਮ ਦਾ ਜਾਂ ਟੈਲੀਫਿਲਮ ਦਾ ਜਿਹੜਾ ਸੀਗਾ, ਉਹ ਵੀ ਦੌਰ ਪਿਛਲੇ ਸਾਲ ਤੋਂ ਹੀ ਵਾਪਸ ਆਉਣਾ ਸ਼ੁਰੂ ਹੋਇਆ। ਤੁਸੀਂ ਵੀ ਕੁਝ ਫਿਲਮਾਂ ਬਣਾਈਆਂ। ਉਸ ਤੋਂ ਪਹਿਲਾਂ ਇੱਕ ਲੰਮਾ ਸਮਾਂ, ਇੱਕ ਗੈਪ ਸੀਗਾ ਜਦੋਂ ਜਿਹੜਾ ਪੰਜਾਬੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਮਤਲਬ ਸਿਰਫ ਗੀਤ ਤੇ ਗੀਤਾਂ ਦੇ ਵੀਡੀਓ ਹੀ ਰਹਿ ਗਏ ਸੀ, ਜਾਂ ਪ੍ਰੋਗਰਾਮ ਵੀ ਜਿਹੜੇ ਹੁੰਦੇ ਸੀ ਉਹ ਬੇਸਡ ਗੀਤਾਂ ਦੇ ਉੱਤੇ ਬੇਸਡ ਹੀ ਹੁੰਦੇ ਸੀਗੇ ਜੀ। ਦੂਰਦਰਸ਼ਨ ਵੀ ਜਿਹੜਾ ਪੁਰਾਣੇ ਹੀ ਜਿਹੜੇ ਸੀਗੇ ਉਹਨਾਂ ਨੂੰ ਰੀਸਾਈਕਲ ਕਰ ਰਿਹਾ ਸੀ, ਉੱਥੇ ਵੀ ਬਹੁਤ ਘੱਟ, ਹਨਾ, ਨਵਾਂ ਬਣ ਰਿਹਾ। ਇੱਕ ਮੇਰੇ ਖਿਆਲ ਪੁਨੀਤ ਸਹਿਗਲ ਉਹਨਾਂ ਨੇ ਇੱਕ ਦੋ ਸੀਰੀਅਲ ਬਣਾਏ ਸੀ ਭਾਗਾਂ ਵਾਲੀਆਂ ਤੇ ਇੱਕ ਦੋ ਹੋਰ, ਨਹੀਂ ਤਾਂ ਇੱਕ ਲੰਮਾ ਸਮਾਂ ਜਿਹੜਾ ਹੈਗਾ ਇੱਕ ਗੈਪ ਸੀਗਾ। ਤੇ ਇਹ ਵਾਪਸ ਆ ਰਿਹਾ ਸੀ ਹੁਣ, ਕੁਝ ਚੈਨਲਸ ਨੇ ਬਣਾਉਣਾ ਸ਼ੁਰੂ ਕੀਤਾ, ਕੁਝ ਕਾਫੀ ਜ਼ਿਆਦਾ ਵਾਪਸ ਆ ਗਿਆ ਸੀ। ਹਰ ਫਰਾਈਡੇ ਰਿਲੀਜ਼ ਹੁੰਦੀ ਸੀ ਜਿਹੜੀ ਸ਼ਾਰਟ ਫਿਲਮ 40 ਮਿੰਟ ਦੀ ਜੀ। ਤੇ ਹੁਣੇ ਇੱਕ ਦਾ ਚੈਨਲ ਵੀ ਰਿਲੀਜ਼ ਹੋਇਆ ਸ਼ਾਇਦ ਜ਼ੀ ਪੰਜਾਬੀ, ਜਿਹਦੇ ਤੇ ਟੋਟਲੀ ਫਿਕਸ਼ਨ, ਹਨਾ, ਫਿਕਸ਼ਨ 24 ਘੰਟੇ ਫਿਕਸ਼ਨ ਦਾ ਚੈਨਲ ਸ਼ੁਰੂ ਹੋਇਆ। ਮਤਲਬ ਬੜੇ ਲੰਮੇ ਸਮੇਂ ਬਾਅਦ ਅਸੀਂ ਸੋਚਦੇ ਹਾਂ ਕਿ ਪੰਜਾਬੀ ਦਾ ਇੱਕ ਪੂਰਾ, ਹਨਾ, ਕਹਾਣੀ ਤੇ ਆਧਾਰਿਤ ਨਾਟਕਾਂ ਵਾਲਾ ਇੱਕ ਸ਼ੁਰੂ ਹੋਇਆ, ਜੋ ਅਸੀਂ ਕਲਰ ਦੇ ਰੂਪ ਚ ਜਾਂ ਹੋਰ ਚੈਨਲਾਂ ਦੇ ਰੂਪ ਚ ਹਿੰਦੀ ਜਾਂ ਹੋਰ ਭਾਸ਼ਾਵਾਂ ਦੇ ਨੂੰ ਦੇਖਦੇ ਹਾਂ। ਸੋ ਇੱਕ ਸੰਭਾਵਨਾ ਖੁੱਲੀ ਸੀ ਜੋ ਅੱਗੇ ਜਾ ਕੇ ਜਿੰਨੇ ਡਿਜੀਟਲ ਮੀਡੀਆ ਚ ਵੀ ਫਿਕਸ਼ਨ ਦੀ ਇੱਕ ਸੰਭਾਵਨਾ ਖੁੱਲਣੀ ਸੀ, ਜੇ ਉੱਥੇ ਲੋਕ ਦੇਖਦੇ ਤਾਂ ਡਿਜੀਟਲ ਮੀਡੀਆ ਦੇ ਵਿੱਚ ਵੀ ਡਿਮਾਂਡ ਇੱਕ ਤਰ੍ਹਾਂ ਬਣਦੀ, ਤੇ ਕੁਝ ਕੁਝ ਹੈਗੀ ਵੀ ਹੈ। ਲੇਕਿਨ ਹੁਣ ਵੱਡੀ ਸਮੱਸਿਆ ਉਹੀ ਆ ਗਈ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਸ਼ੂਟਿੰਗ ਦੀ ਸਮੱਸਿਆ ਹੈ। ਸ਼ੂਟਿੰਗਾਂ ਸਾਰਿਆਂ ਦੇ ਰੁਕੇ ਪਈਆਂ, ਸਾਰੇ ਵੱਡੇ ਚੈਨਲ ਇਸ ਟਾਈਮ ਰਮਾਇਣ, ਮਹਾਭਾਰਤ ਤੇ ਹੋਰ ਜੋ ਪੁਰਾਣਾ ਉਹਨਾਂ ਦਾ ਕੰਟੈਂਟ ਹੈ ਬਣਿਆ ਹੋਇਆ ਉਹ ਰਿਪੀਟ ਕਰ ਰਹੇ ਹੈ। ਸੋ ਇਹ ਫਿਰ ਕੀ ਬਚੇਗਾ? ਮਤਲਬ ਜਿਹੜੇ ਰੰਗ ਕਰਮੀਆਂ ਦੇ ਲਈ ਰਾਹ ਖੁੱਲ ਰਹੇ ਸੀ, ਰੰਗ ਕਰਮੀਆਂ ਦੀ ਪਹਿਲੀ ਸਟੇਜ ਆਉਂਦੇ ਸੀ, ਰੰਗ ਕਰਮੀ ਥੀਏਟਰ ਤੇ ਆਉਂਦੇ ਸੀ, ਫਿਰ ਟੀਵੀ 'ਚ ਜਾਂਦੇ ਸੀ, ਫਿਰ ਫਿਲਮ 'ਚ ਜਾਂਦੇ ਸੀ, ਮਤਲਬ ਕਿੰਨੀ ਕੁ ਪਿੱਛੇ ਚਲੇ ਜਾਵਾਂਗੇ ਆਪਾਂ, ਤੇ ਕਿੰਨਾ ਕੁ ਇਹਦੇ ਨਾਲ, ਕਿੰਨੇ ਕੁ ਬੰਦੇ ਮੈਨੂੰ ਲੱਗਦਾ ਵੀ ਛੱਡ ਕੇ ਕਿਸੇ ਹੋਰ, ਜਿੱਦਾਂ ਮੈਂ ਅੱਜ ਕੱਲ੍ਹ ਵੇਖ ਰਿਹਾ ਵੀ ਜਿਹੜੇ ਬੰਦੇ ਸਬਜ਼ੀ ਨੀ ਸੀ ਵੇਚੀ, ਜਿਹਨਾਂ ਨੇ ਅੱਜ ਦੀ ਡੇਟ 'ਚ ਸਬਜ਼ੀ ਸਭ ਤੋਂ ਜ਼ਿਆਦਾ ਵੇਚਣੀ ਸੌਖੀ ਹੋਈ ਹੈ, ਸਾਰੇ ਬੰਦੇ ਸਬਜ਼ੀ ਵੇਚ ਰਹੇ ਹੈ।